ਪਰ ਅਸੀਂ ਸੰਤਾਂ ਦੇ ਹੋਈ ਟਿੱਪਣੀ ਦਾ ਹਿਸਾਬ ਕਿਤਾਬ ਜ਼ਰੂਰ ਕਰਾਂਗੇ ਸਮਾਂ ਆਉਣ ਤੇ। ਤੁਹਾਡੇ ਇਤਿਹਾਸ ਦੇ ਵਿੱਚ ਤੁਹਾਡਾ ਕੋਈ ਯੋਗਦਾਨ ਨਹੀਂ ਹੈ ਸਿੱਖਾਂ ਦੇ ਇਤਿਹਾਸ ਦੇ ਵਿੱਚ। ਇਸ ਕਰਕੇ ਤੁਸੀਂ ਪਿੰਡਰਾਂ ਵਾਲੇ ਨੂੰ ਬਰਾੜ ਜੱਟ ਨੂੰ ਤੁਸੀਂ ਪੰਜਾਬ 'ਚ ਪ੍ਰਚਾਰ ਕੇ ਵਲਵਾ ਕੇ ਹਰ ਪਾਸੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਡਾ ਦਰਜਾ ਉਹਨੂੰ ਦੇਣਾ ਚਾਹੁੰਦੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੁੱਖ ਟੀਵੀ ਦੇ ਵਿੱਚ ਤੇ ਮੈਂ ਤੁਹਾਡਾ ਆਪਣਾ ਦੋਸਤ ਤੇ ਹੋਸਟ ਸ਼ਰਨ। ਦੋਸਤੋ, ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ। ਜੀ ਹਾਂ ਦੋਸਤੋ, ਮੁੱਦਾ ਹੈ ਗੁਰਵਿੰਦਰ ਸਿੰਘ ਰੰਗਰੇਟਾ ਦਾ। ਜੀ ਹਾਂ ਦੋਸਤੋ, ਇਹ ਸ਼ਖਸ ਕਦੇ ਸੰਤ ਭਿੰਡਰਾਂ ਵਾਲਿਆਂ ਨੂੰ ਤੇ ਕਦੇ ਸਿੱਧੂ ਨੂੰ ਮਾੜਾ ਬੋਲ ਕੇ ਫੇਮ ਲੈਣ ਦੀ ਕੋਸ਼ਿਸ਼ ਕਰ ਰਿਹਾ। ਪੰਜਾਬ ਦੇ ਵਿੱਚ ਮਹੀਨਾ ਕੁ ਪਹਿਲਾਂ, ਡੇਢ ਮਹੀਨਾ ਪਹਿਲਾਂ ਤੋਂ ਇੱਕ ਬਹੁਤ ਵਿਵਾਦ ਚੱਲ ਰਿਹਾ ਜਾਤ ਪਾਤ ਦਾ, ਜਿਹੜਾ ਡਾਕਟਰ ਗੁਰਵਿੰਦਰ ਸਿੰਘ ਰੰਗਰੇਟੇ ਨੇ ਸ਼ੁਰੂ ਕੀਤਾ ਲੁਧਿਆਣੇ ਵਾਲੇ ਨੇ, ਤੇ ਸਾਰੇ ਨੇ ਉਹਨਾਂ ਦੇ ਖਿਲਾਫ ਬੋਲੇ ਆ। ਕੋਈ ਵੱਡਾ ਛੋਟਾ ਕੋਈ ਵੀ ਬੰਦਾ ਜੀ ਤੋਂ ਜਿਵੇਂ ਸਰਿਆ ਉਹ ਬੋਲਿਆ, ਕੋਈ ਹੱਕ 'ਚ ਬੋਲਿਆ, ਕੋਈ ਵਿਰੋਧ 'ਚ ਬੋਲਿਆ, ਹੈ ਨਾ, ਕੋਈ ਚੁੱਪ ਹੋ ਗਏ। ਤੇ ਮੈਂ ਵੀ ਇਸ ਮਸਲੇ ਤੇ ਸਾਈਲੈਂਟ ਰਿਹਾ, ਕਿਉਂਕਿ ਇਸ ਕਰਕੇ ਰਿਹਾ ਸੀ ਵੀ ਮੈਂ ਵੇਖ ਰਿਹਾ ਸੀ ਵੀ ਕਿਹੜੇ ਕਿਹੜੇ ਬੰਦੇ ਕਿਹੋ ਜਿਹਾ ਰਿਪਲਾਈ ਦੇ ਰਹੇ ਆ। ਮੈਂ ਕਲੀਅਰ ਕਰਦਾ ਵੀ ਸਿੱਖ ਹੋਣ ਦੇ ਨਾਤੇ ਅਸੀਂ ਜਾਤ ਪਾਤ ਦੇ ਨਾਂ 'ਤੇ ਕਦੇ ਨਾ ਲੜੇ ਜਾਂ ਨਾ ਲੜਾਂਗੇ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਆਪਦੇ ਹਿਸਾਬ ਨਾਲ ਜੋ ਮਰਜ਼ੀ ਕਰੀ ਜਾਵੇ, ਸਾਨੂੰ ਇਸ ਚੀਜ਼ ਨਾਲ ਨਹੀਂ। ਜੋ ਉਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਦੇ ਨਾਂ 'ਤੇ ਗਲਤ ਸ਼ਬਦ ਬੋਲੇ ਆ, ਜਾਂ ਜੋ ਪਹਿਲੋਂ ਹੱਕ ਦੀ ਗੱਲ ਕੀਤੀ ਸੀ ਫਿਰ ਵਿਰੋਧ ਦੀ ਕੀਤੀ ਆ, ਤੇ ਅਸੀਂ ਸਿੱਖ ਸੰਗਤ ਨੂੰ ਤੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਇਹ ਸੂਚਿਤ ਕਰ ਦਈਏ ਵੀ ਜੇ ਇਹ ਫੋਟੋ ਜਾਂ ਵੀਡੀਓ ਦੀ ਗੱਲ ਨਾ ਸਾਹਮਣੇ ਆਉਂਦੀ ਤੇ ਅਸੀਂ ਸਾਈਲੈਂਟ ਰਹਿਣਾ ਸੀ, ਤੇ ਪਰ ਅਸੀਂ ਸੰਤਾਂ ਦੇ ਹੋਈ ਟਿੱਪਣੀ ਦਾ ਹਿਸਾਬ ਕਿਤਾਬ ਜ਼ਰੂਰ ਕਰਾਂਗੇ ਸਮਾਂ ਆਉਣ ਤੇ, ਜਦੋਂ ਵੀ ਸਾਡੇ ਮੌਕਾ ਭਿੜਦਾ, ਤੇ ਅਸੀਂ ਤੈਨੂੰ ਇਸ ਗੱਲ ਦਾ ਜਵਾਬ ਜ਼ਰੂਰ ਪੁੱਛਾਂਗੇ। ਸਾਨੂੰ ਜਿਵੇਂ ਵੀ ਨਿਬੜਨਾ ਪਿਆ ਅਸੀਂ ਉਵੇਂ ਨਿਬੜਾਂਗੇ, ਡਰਦੇ ਨਹੀਂ। ਸੰਤਾਂ ਦੇ ਸਤਿਕਾਰ ਨੂੰ ਲੈ ਕੇ ਅਸੀਂ ਜ਼ਰੂਰ ਇਹ ਕੰਮ ਕਰਾਂਗੇ। ਸਾਨੂੰ ਅੱਜ ਕਰਨਾ ਪੈ ਜੇ, ਸਾਨੂੰ ਕੱਲ੍ਹ ਕਰਨਾ ਪੈ ਜੇ, ਕਿਉਂਕਿ ਇਹ ਜੋ ਤੁਹਾਡਾ ਮਸਲਾ ਹੈਗਾ ਭਾਈਆ ਦਾ ਚਲਾਈ ਚੱਲੋ, ਜੇ ਸਾਧੂ ਸੰਤਾਂ ਨੂੰ ਵਿੱਚ ਖਿੱਚੋਗੇ ਤੇ ਫਿਰ ਭਾਈ ਉਹਨਾਂ ਦੇ ਪ੍ਰੇਮੀ ਤਾਂ ਤੁਹਾਡਾ ਬੋਤਾ ਬਹਾਉਣ ਗਈ ਕਿਸੇ ਹਿਸਾਬ ਨਾਲ ਕਰ ਦੇਣਾ। ਅਸੀਂ ਕਲੀਅਰ ਕਰ ਦਈਏ, ਜਾਤ ਪਾਤ ਦੇ ਨਾਂ 'ਤੇ ਨਾ ਅੱਜ ਤੱਕ ਲੜੇ ਹਾਂ ਨਾ ਲੜਨਾ। ਜਿਹੜੀ ਗੱਲ ਰੰਗਰੇਟੇ ਦੀ ਹੈਗੀ, ਉਹਨੇ ਸੰਤਾਂ ਬਾਰੇ ਬੋਲਿਆ, ਇਹਨੂੰ ਸੁਨੇਹਾ ਵੀ ਲਾਇਆ ਸੀ, ਮੇਰੀ ਗੱਲ ਵੀ ਹੋਈ ਸੀ ਵੀ ਭਾਈ ਇਸ ਚੀਜ਼ 'ਤੇ ਤੂੰ ਆਪਦਾ ਜਿਹੜਾ ਵੀ ਹੈਗਾ ਤੂੰ ਏਜੰਡਾ ਚੱਕਰ ਖੜਾ ਕਰਨਾ ਕਰੀ ਰੱਖ, ਕੋਈ ਨਾ ਕੋਈ ਮਾਈ ਦਾ ਲਾਲ ਹੋਊਗਾ ਤੈਨੂੰ ਟੱਕਰ ਲੂਗਾ। ਪਰ ਭਿੰਡਰ ਵਾਲੇ ਸੰਤਾਂ ਦਾ ਜੋ ਉਚਾਰ ਕੀਤਾ ਸਾਨੂੰ ਸਹੀ ਨਹੀਂ ਲੱਗਾ, ਸਮਾਂ ਆਉਣ 'ਤੇ ਅਸੀਂ ਤੈਨੂੰ ਉਹਦਾ ਜਵਾਬ ਦੇ ਦਿਆਂਗੇ। ਅਤੇ ਬਾਕੀ ਸੰਗਤ ਨੂੰ ਜੋ ਠੀਕ ਲੱਗੇ ਹੈ ਨਾ ਉਹ ਆ, ਅਤੇ ਆਪਣਾ ਇਹਦੇ ਨਾਲ ਭਾਈ ਕੋਈ ਕਲਾਮ ਨਹੀਂ ਸਾਂਝੀ। ਜਿੱਦੇ ਸਾਡੇ ਲੋਟ ਆ ਗਿਆ, ਕੋਈ ਨਾ ਹੀ ਸੰਤ ਵਾਲੇ ਵਿਚਾਰਧਾਰਾ ਉੱਤੇ ਚੱਲਦੇ ਹੋਏ ਸੰਤਾਂ ਦੇ ਵਿਰੁੱਧ ਜੋ ਬੋਲਿਆ ਉਹਦਾ ਅਸੀਂ ਲੇਖਾ ਜੋਖਾ ਇਹਦੇ ਨਾਲ ਕਰ ਹੀ ਲਵਾਂਗੇ। ਤੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਹੁਣ ਤੱਕ ਲਈ ਇੰਨਾ ਹੀ। ਜਲਦੀ ਮਿਲਾਂਗੇ ਕਿਸੇ ਹੋਰ ਨਵੀਂ ਤੇ ਵੱਡੀ ਅਪਡੇਟ ਦੇ ਨਾਲ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੁੱਖ ਟੀਵੀ, ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।